ਜਿਨ੍ਹਾਂ ਨੇ ਤੇ ਸਲਵਾਤ ਪੜ੍ਹਨੀ ਆਈ ਰੱਬ ਜਾਣੇ ਉਹਨਾਂ ਨੂੰ ਮਾਰਿਆ ਕਿਉਂ ਦੁਨੀਆ ਨੂੰ। ਖੁਦਾ ਤੁਹਾਡੀ ਹਾਏ ਕਬੂਲ ਫਰਮਾਵੇ। ਜੁਮੇ ਦਾ ਵਕਤ ਕਰੀਬ ਹੈ, ਮੈਂ ਆਪਣੇ ਵਕਤ ਦੇ ਅੰਦਰ ਹੀ ਮਜਲਿਸ ਦਾ ਇਖਤਤਾਮ ਕਰਨਾ ਚਾਹੁੰਦਾ। ਅੱਗੇ ਅੱਲਾਹ ਦੇ ਘਰ ਜਾ ਕੇ ਸਜਦਾ ਸ਼ੁਕਰ ਵੀ ਅਦਾ ਕਰੋ ਤੇ ਟੁਰਦਿਆਂ ਟੁਰਦਿਆਂ ਤੋਹਫ਼ੇ ਸਲਵਾਤ ਵੀ ਰੱਬ ਦੀ ਬਾਰਗਾਹ ਚ ਪੇਸ਼ ਕਰਿਆ ਹੈ। ਔਖੀ ਦੁਆ ਮੰਗਿਆ ਹੈ, ਜਿਨ੍ਹਾਂ ਦੇ ਤੇ ਸਲਵਾਤ ਪੜੀ ਵੇ ਉਹਨਾਂ ਦਾ ਘਰ ਤੇ ਨਹੀਂ ਲੁੱਟੀਦਾ। ਮੈਂ ਸਦਕੇ ਹੋ ਜਾਵਾਂ, ਮੈਂ ਆਪਣੇ ਜਿਹੜੇ ਨੌਜਵਾਨ ਮੇਰੇ ਵੀਰ ਬੈਠੇ ਨੂੰ ਮੈਂ ਤੈਨੂੰ ਹੁਕਮ ਦਿੰਦਾ, ਕਦੀ ਵੀ ਤੁਸੀਂ ਸੈਯਦ ਦੀ ਸਿਰਾਂਦੀ ਨਹੀਂ ਪਾਣਾ। ਦਿਨ ਰਾਤ ਤੁਸੀਂ ਇਕੱਠੇ ਹੋ, ਦਿਨ ਰਾਤ ਖੇਡਦੇ ਹੋ, ਜਿਤਨਾ ਹਾਸਾ ਮਜ਼ਾਕ ਹੈ, ਜਿਤਨੇ ਫ੍ਰੀ ਹੋ, ਕਦੀ ਵੀ ਨਹੀਂ ਸੋਚਣਾ ਗਰਬਾਣ ਵਾਲੀ ਇੱਕ ਨਸ਼ਿਸ਼ਤ ਹੈ ਤੂੰ ਸੈਯਦ ਨੂੰ ਬਹਾਣਾ। ਤੁਸੀਂ ਸੈਯਦ ਨੂੰ ਇਹ ਨਾ ਹੋਵੇ ਸੈਯਦ ਖਲੋਤਾ ਰਵੇ ਤੇ ਤੂੰ ਸਲਵਾਦ ਪੜ੍ਹਨ ਵਾਲਾ ਜਿਹੜਾ ਇਹਨਾਂ ਦੇ ਤੇ ਸਲਵਾਦ ਪੜ੍ਹਦਾ ਹੈ ਤੂੰ ਬਹਿ ਰਵੇ। ਉਮਤ ਬੜਾ ਖਲਾ ਰਹੀ ਹੈ ਅਲੀ ਦੀ ਅਦੀਆਂ ਉਸ ਵੇਲੇ ਦੀਆਂ ਬੀਬੀਆਂ ਇੰਜ ਖਲੋਤੀਆਂ ਨੂੰ ਲਗਾਤ ਦੇ ਮਾਂ ਮੁਜ਼ਫਰ ਗੜੇ ਅਜ਼ਾਦਾਰੀ ਖੁਦਾ ਤੁਹਾਨੂੰ ਹਮੇਸ਼ਾ ਨਸੀਬ ਰੱਖੇ। ਮੈਂ ਤੁਹਾਨੂੰ ਦੁਆ ਦੇ ਕੇ ਜਾ ਰਿਹਾ, ਸ਼ੀਆ ਸੁਣੀ ਸਾਰੇ ਮੁਹੱਬਤ ਕਰਦੇ ਹੋ ਆਪਣੇ ਨਬੀ ਦੇ ਵਿਹੜੇ ਨਾਲ, ਹਾਏ ਕਰਕੇ ਰੋਣ ਵਾਲਿਆ ਕਿਤਨਾ ਖਲਾ ਰਿਹਾ ਉਸਨੇ। ਤੁਸੀਂ ਬੈਠੇ ਹੋ ਸੋ ਦੋ ਢਾਈ ਘੰਟੇ ਹੋਏ ਹੋ ਸਣ, ਤਾਂ ਵੀ ਥੱਕ ਤਾਂ ਗਏ ਹੋ ਸੋ ਨਾ, ਹਾਏ ਕਰਕੇ ਰੋਣ ਵਾਲਿਆ ਇਤਨਾ ਖਲਾ ਰਿਹਾ ਨੇ। ਤ੍ਰੈ ਦਿਹਾੜੇ ਇਹਨਾਂ ਬੀਬੀਆਂ ਬਾਜ਼ਾਰਾਂ ਦਰਬਾਰਾਂ ਸੂਰਜ ਚੜਦਾ ਵੀ ਵੇਖਿਆ, ਸੂਰਜ ਲਾਂਦਾ ਵੀ ਵੇਖਿਆ, ਸਾਰੀਆਂ ਹੀ ਔਖੀਆਂ ਏ ਅਲੀ ਵਾਲੋ, ਸਾਰੀਆਂ ਹੀ ਔਖੀਆਂ ਏ। ਰਿਵਾਇਤ ਔਖੀ ਏ, ਅਦਬ ਨਾਲ ਪੜ੍ਹਨ ਦਾਦੀਆਂ ਸਖ਼ ਕਿਸੇ ਦੇ ਰੋਣ ਕਣ ਨਹੀਂ ਪੜਿਆ ਜ਼ਿੰਦਗੀ ਵਿੱਚ, ਬਈ ਮੈਂ ਪੜ੍ਹਾਂ ਤੇ ਕੋਈ ਰੋਵੇ। ਇਹ ਰੋਣਾ ਇਹ ਤੁਹਾਡਾ ਤੇ ਮਾਲ